ਉਧਰ ਲੁਧਿਆਣਾ ਪੁਲਿਸ ਨੇ ਇੱਕ ਬਿੱਲੀ ਗੈਂਗ ਨਾਮਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਬਿੱਲੀ ਦੀ ਚਾਲ ਚੱਲ ਕੇ ਘਰਾਂ ਦੀਆਂ ਛੱਤਾਂ ਰਾਹੀਂ ਅੰਦਰ ਦਾਖਲ ਹੋ ਜਾਂਦੇ ਸਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ADCP ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਇਸ ਗਿਰੋਹ ਦੇ ਸਰਗਨਾ ਦਾ ਨਾਮ ਵੀ ਬਿੱਲੀ ਹੈ, ਜਿਸ ਤੇ ਪਹਿਲੇ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ। ACP ਸੈਂਟਰ ਸਰਦਾਰ ਵਰਿਆਮ ਸਿੰਘ ਤੇ ਉਹਨਾਂ ਦੀ ਟੀਮ ਮੈਂਬਰ SHO ਡਿਵੀਜ਼ਨ ਨੰਬਰ 2 ਤੇ SHO ਡਿਵੀਜ਼ਨ ਨੰਬਰ 4 ਚੋਪੜਾ ਜੀ, ਇਹਨਾਂ ਨੇ ਦੋ ਗੈਂਗ ਫੜੇ ਨੇ ਚੋਰਾਂ ਦੇ। ਉਹ ਬੜੇ ਹਾਰਡਕੋਰ ਚੋਰ ਨੇ ਇਹ। ਇਹਨਾਂ 'ਚੋਂ ਇੱਕ ਗੈਂਗ ਨੂੰ ਬਿੱਲੀ ਗੈਂਗ ਕਹਿੰਦੇ ਨੇ, ਜਿਹੜਾ ਬਿੱਲੀ ਵਾਂਗੂ ਚੱਲਦਾ ਔਰ ਲੋਕਾਂ ਦੇ ਘਰਾਂ 'ਚ ਵੜ ਜਾਂਦਾ। ਉੱਥੇ ਜਾ ਕੇ ਉਹ ਕੋਈ ਸਮਾਰਟਫੋਨ ਕਿਸੇ ਦੇ ਹੋਵੇ, ਸਿਰਫ ਸਮਾਰਟਫੋਨ ਹੀ ਚੱਕਦਾ ਉਹ। ਜੇ ਦੂਜਾ ਫੋਨ ਉਹਨੂੰ ਮਿਲ ਵੀ ਗਿਆ ਤਾਂ ਉਹਨੇ ਉੱਥੇ ਹੀ ਰੱਖ ਦੇਣਾ। ਉਦੋਂ ਬਿਨਾਂ ਕੈਸ਼ ਕੁਸ਼ ਜੋ ਸਮਾਨ ਕੱਪੜੇ ਕੁੱਪੜਿਆਂ 'ਚ ਪਿਆ ਹੁੰਦਾ, ਘੜੀਆਂ ਘੁੜੀਆਂ ਕੋਸਟਲੀ, ਉਹ ਸਾਰਾ ਕੁਛ ਲੈ ਜਾਂਦਾ। ਔਰ ਇਹਨੇ ਪਿਛਲੇ ਤਕਰੀਬਨ 1.5 ਮਹੀਨੇ ਦੇ ਵਿੱਚ 7 ਵਾਰ ਰਾਤਾਂ ਕਰਤੀਆਂ। ਜਿਹੜੇ ਸਵੇਰੇ ਸਵੇਰੇ ਘਰੋਂ ਦੁੱਧ ਲੈਣ ਸੈਰ ਕਰਨ ਜਾਂਦੇ ਨੇ 4-5 ਵਜੇ, ਤਾਂ ਇਹ ਸ਼ਖਸ ਅੰਦਰ ਵੜ ਕੇ ਉਹ ਜਿਵੇਂ ਬਿੱਲੀ ਸਟਾਈਲ ਐਂਟਰੀ ਹੁੰਦੀ ਹੈ ਜੀ, ਅੰਦਰ ਜਾ ਕੇ ਉਵੇਂ ਚੱਲਦਾ ਇਹ, ਉਵੇਂ ਪੌੜੀਆਂ ਚੜ੍ਹਦਾ। ਅੰਦਰੋਂ ਜੋ ਵੈਲਿਊਏਬਲ ਸਮਾਨ ਹੁੰਦਾ ਕੀਮਤੀ, ਉਹ ਸਾਰਾ ਲੈ ਜਾਂਦਾ। ਔਰ ਜਾ ਕੇ ਇਹ ਨਕੋਦਰ ਸਾਈਡ 'ਤੇ ਇੱਕ ਇਹਦਾ ਦੂਸਰਾ ਇਹਦਾ ਹਿੱਸੇਦਾਰ ਆ, ਉਹ ਵੀ ਫੜ ਲਿਆ ਪੁਲਿਸ ਨੇ। ਉਹਨੂੰ ਜਾ ਕੇ ਵੇਚ ਦਿੰਦਾ ਉਹ ਅੱਗੇ, ਜੋ ਜਿੱਥੇ ਡਿਸਪੋਜ ਆਫ ਕਰਨ ਵਾਲਾ ਹੁੰਦਾ ਉੱਥੇ ਉੱਥੇ ਕਰੇ। ਇਹ ਦੋਨਾਂ ਨੇ ਰਲ ਕੇ 7 ਵਾਰਦਾਤਾਂ ਕੀਤੀਆਂ ਨੇ। 7 ਦਾ ਸਮਾਨ ਸਾਨੂੰ ਜ਼ਿਆਦਾ ਰਿਕਵਰ ਹੋ ਗਿਆ। 7-7 ਉਹ ਹੁਣ ਬਾਕੀ ਰਿਮਾਂਡ ਲੈ ਕੇ ਤਾਂ ਤੁਹਾਨੂੰ ਦੱਸਦੇ ਹਾਂ। ਇਹ ਬਿੱਲੀ ਗੈਂਗ ਕਹਿੰਦੇ ਨੇ, ਮੇਨ ਜਿਹੜਾ ਓਪਰੇਸ਼ਨ ਕਰਦਾ ਉਹ ਬਿੱਲੀ ਆਪ ਹੀ ਕਰਦਾ। ਉਹਦਾ ਨਾਂ ਛੋਟਾ ਨਾਂ ਬਿੱਲੀ ਆ, ਬਿਹਾਰ ਦਾ ਇਹ, 22 ਸਾਲ ਦਾ। ਔਰ ਜਿਹੜਾ ਦੂਜਾ ਗੈਂਗ ਆ ਇੰਸਪੈਕਟਰ ਸਤਵੰਤ ਸਿੰਘ ਨੇ ਫੜਿਆ, ਉਹਦੇ ਤੋਂ ਹਾਲੇ ਫਿਲਹਾਲ 3 2-ਵੀਲਰ, ਗੈਸ ਸਿਲੰਡਰ, LED, ਹੋਰ ਥੋੜ੍ਹਾ ਬਹੁਤਾ ਸਮਾਨ ਮਿਲਿਆ। ਪਰ ਉਹ ਮਤਲਬ ਹੁਣ ਰਿਮਾਂਡ ਲਿਆ ਉਹਨਾਂ ਦਾ, ਤੁਹਾਨੂੰ ਅੱਗੇ ਬਹੁਤ ਕੁਛ ਮਿਲੂਗਾ, ਤੁਹਾਨੂੰ ਦੱਸਾਂਗੇ। ਹੋ ਸਕਦਾ, ਬਿਲਕੁਲ ਹੋ ਸਕਦਾ।